ਸਰਮਨੀਸ਼ ਕੁਮਾਰ ਨਿਸ਼ ਕੀ ਨਾਮ ਹੈ ਲੜਕੀ ਦਾ ਸਰ ਸਿਮਰਨ ਕੀ ਲੱਗਦੀ ਸੀ ਤੁਹਾਡੀ ਸਾਲੀ ਸੀ ਜੀ ਕੀ ਹੋਇਆ ਹਾਦਸਾ ਕਦੋਂ ਹੋਇਆ ਕਿਤਾ ਪਤਾ ਲੱਗਾ ਤੁਹਾਨੂੰ ਇਹ ਜੀ ਕੱਲ 4:30 ਇਹਨਾਂ ਦੀ ਮਾਤਾ ਨੂੰ ਫੋਨ ਆਇਆ ਤੇ ਮਟਾਂਡਾ ਪੁੱਜ ਗਈਆਂ ਹੁਸ਼ਿਆਰਪੁਰ ਜਾਂਦੀ ਸੀ ਕੁਰਤਗਨ ਬਾਹਰ ਜਾਣਾ ਹੈ ਕਿੰਨੇ ਦਿਨ ਬਾਅਦ ਜਾਣਾ ਸੀ ਮਤਲਬ ਕਿ ਜਨਵਰੀ ਮਹੀਨੇ ਤੱਕ ਚੱਲੇ ਜਾਣਾ ਕੈਨੇਡਾ ਕੈਨੇਡਾ ਚੱਲੇ ਜਾਣਾ ਅੱਛਾ ਜੀ ਹਾਂ ਜੀ ਤੇ ਉਹ ਥੋੜਾ ਜਿਹਾ ਕੁਰਤ ਰਹਿੰਦਾ ਉਹ ਹੁਸ਼ਿਆਰਪੁਰ ਦਾ ਜੁਆਇਨ ਕੀਤੀ ਇੱਕ ਦਿਨ ਫਸਟ ਟਾਈਮ ਗਈ ਤੇ ਪਹਿਲੇ ਦਿਨ ਹੀ ਗਈ ਪਹਿਲੇ ਦਿਨ ਗਈ ਅੱਛਾ ਉੱਥੇ ਪੁੱਜ ਘਰ ਫੋਨ ਵੀ ਕਰਤਾ ਉਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਸ਼ਾਮ ਨੂੰ 4:30 ਟਾਂਡੇ ਪੁੱਜੀ ਮਾਤਾ ਨੂੰ ਫੋਨ ਕੀਤਾ ਕਿ ਮੈਂ ਘਰ ਨੂੰ ਆਉਣ ਲੱਗੀ ਹਾਂ ਫੋਨ ਮੇਰਾ ਸਵਿਚ ਆਫ ਹੋ ਗਿਆ ਤੇ ਸਕੂਟਰੀ ਜਿਹੜਾ ਪਿੰਡ ਦੇ ਰੈਲੀ ਮੋੜ ਲੱਗ ਮਿਲੀ ਉਹ ਮਤਲਬ ਕਿ ਰੈਲੀ ਮੋੜ ਤੋਂ ਬੱਸ ਕਿਤੇ ਆਈ ਹੋਗੀ ਪਤਾ ਨਹੀਂ ਕਿੱਦਾਂ ਕਿੱਦਾਂ ਆਈ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਪਰਿਵਾਰ ਚ ਇਹੀ ਤੇ ਕੁੜੀ ਦੀ ਮਾਤਾ ਹੀ ਹਾਂਜੀ ਇਹ ਪਛਾਣ ਕੁਛ ਵੀ ਕਿੰਨੇ ਕਰਾ ਕੇ ਦੇ ਕੁੜੀ ਦਾ ਪੜੇਲੀਆਂ ਜੀ ਹੋਰ ਕੀ ਮੰਗ ਕਰਦੇ ਹੋ ਤੁਸੀਂ ਪੁੱਛੋ ਅਸੀਂ ਚਾਹੁੰਦੇ ਹਾਂ ਕਿ ਕੁੜੀ ਚੰਗੀ ਬੜੀ ਠੀਕ ਠਾਕ ਹੀ ਖੁਸ਼ਹਾਲ ਹੀ ਬਾਹਰ ਜਾਣ ਦੀ ਪੂਰੀ ਤਿਆਰੀ ਹੋਣ ਲਈ ਹੈ ਕੋਈ ਇਦਾਂ ਦੀ ਕੋਈ ਗੱਲਬਾਤ ਹੈ ਨਹੀਂ ਆਪਾਂ ਚਾਹੁੰਦੇ ਇਹ ਐਕਸ਼ਨ ਕਿਉਂ ਚੱਕਿਆ ਗਿਆ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਤੇ ਇਹਦਾ ਪਤਾ ਲਗਾਉਣਾ ਚਾਹੀਦਾ ਜੋ ਵੀ ਗੱਲਬਾਤ ਹੈ ਜੀ ਸਰ ਜਿਹੜੀ ਇੱਕ ਬੋਡੀ ਮਿਲੀ ਹੈ ਹੁਣੇ 3 ਨੰਬਰ ਤੋਂ ਕੀ ਹੋਇਆ ਮਾਮਲਾ ਕਿਸ ਤਰ੍ਹਾਂ ਇਹ ਐਕਚੁਅਲੀ ਕੱਲ ਗਏ ਲੜਕੀ ਹੁਸ਼ਿਆਰਪੁਰ ਗਈ ਸੀ ਆਪਣੇ ਕਾਲਜ ਪੜ੍ਹਨ ਗਈ ਸੀ ਲੇਟ ਆਵਰ ਆਈ ਨਹੀਂ ਘਰ ਤੇ ਉਦੋਂ ਬਾਅਦ ਇੱਕ ਪਤਾ ਲੱਗਾ ਆ ਜਿਹੜਾ ਹੁਣ ਤੱਕ ਆਪਣੀ ਸਕੂਟੀ ਨਹਿਰ ਤੇ ਖੜੇ ਕੋਲਟੇ ਘੋੜਾ ਰੋਡ ਦਾ ਪੂਰਾ ਉੱਥੇ ਖੜੇ ਕਰਕੇ ਚੱਲ ਗਏ ਤੇ ਇਹਦੇ ਬਾਅਦ ਸਕੂਟੀ ਆਪਣੀ ਨੂੰ ਆਪੇ ਘਰ ਲੈ ਗਏ ਤੇ ਰਾਤ ਥੋੜੀ ਸਰਚ ਵੀ ਕੀਤੀ ਇਹਨਾਂ ਨੇ ਵੀ ਅਸੀਂ ਵੀ ਕੀਤੀ ਆ ਅਸੀਂ ਕੈਮਰੇ ਵਗੈਰਾ ਚੈੱਕ ਕੀਤੇ ਨੇ ਤੇ ਸਵੇਰੇ ਇਨਫੋਰਮੇਸ਼ਨ ਸਾਨੂੰ ਪਾਵਰ ਹਾਊਸ ਟ੍ਰੇਨ ਰੈਲੀ ਤੋਂ ਆਈ ਸੀ ਕਿ ਡੈੱਡ ਬੋਡੀ ਫੀਮੇਲ ਫਸੀ ਹੈ ਤੇ ਹੁਣ ਅਸੀਂ ਬਾਹਰ ਕਢਾਈ ਹੈ ਬਾਕੀ ਉਹਨਾਂ ਦੇ ਵਾਰਸਾਂ ਦੇ ਬਿਆਨ ਲਿਖਾਂਗੇ ਸਰ ਪਛਾਣ ਹੋਈ ਹੈ ਲੜਕੀ ਹਾਂਜੀ ਹਾਂਜੀ ਸਿਮਰਨ ਡਾਕਟਰ ਆਫ ਰੂਪਲਾਲ ਸਿਮਰਨ ਵਾਈਫ ਓਮਕਾਰ ਲਾਲ ਸੌਰੀ ਪਿੰਡ ਪੜੇਲੀਆਂ ਜੀ ਅਗਲੀ ਕਾਰਵਾਈ ਹੁਣ ਬਿਆਨ ਲਿਖਦੇ ਹਾਂ ਜੀ ਉਹਨਾਂ ਦੇ ਮਦਰ ਹੈਗੇ ਨਾ ਫਾਦਰ ਤਾਂ ਇਹਨਾਂ ਦੇ ਹੈ ਨਹੀਂ ਬਾਕੀ ਇਸ ਪਰਲਾ ਜੋ ਬੰਦਾ ਹੋਏਗਾ ਆਪਾਂ ਕਰਾਂਗੇ ਜੀ ਥੈਂਕ ਯੂ